ਮਾਂ ਦੀ ਮਮਤਾ 'ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਆਪਣੇ ਬੱਚੇ ਲਈ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀ ਹੈ। ਪਰ ਬੀਤੀ ਰਾਤ ਜਲੰਧਰ ਦੇ ਮਸ਼ਹੂਰ ਜੋਤੀ ਚੌਂਕ ਵਿੱਚ ਇੱਕ ਕਲਯੋਗੀ ਮਾਂ ਆਪਣੀ 2 ਦਿਨਾਂ ਦੀ ਮਾਸੂਮ ਬੱਚੀ ਨੂੰ ਸੜਕ 'ਤੇ ਸੁੱਟ ਕੇ ਫਰਾਰ ਹੋ ਗਈ। ਨਵਜੰਮੀ ਬੱਚੀ ਦੀ ਆਵਾਜ਼ ਜਦੋਂ ਚੌਂਕੀਦਾਰ ਨੂੰ ਸੁਣਾਈ ਦਿੱਤੀ ਤਾਂ ਇਸ ਸੰਬੰਧੀ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਦਿੰਦਿਆਂ PCR ਮੁਲਾਜ਼ਮ ਨੇ ਦੱਸਿਆ ਕਿ ਬੱਚੀ ਨੂੰ ਮੌਕੇ 'ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਬੱਚੀ ਦੇ ਮਾਪਿਆਂ ਦਾ ਪਤਾ ਲੱਗ ਚੁੱਕਿਆ, ਜਿਸ ਸੰਬੰਧੀ ਬਣਦੀ ਕਾਰਵਾਈ ਜਲਦੀ ਹੀ ਅੰਜਾਮ 'ਚ ਲਿਆਂਦੀ ਜਾਵੇਗੀ। ਸਰ, ਇਸ ਤਰ੍ਹਾਂ ਹੈ ਕਿ ਮੈਂ ਡਿਊਟੀ ਅਫਸਰ ਹਾਂ ਡਿਵੀਜ਼ਨ ਪੰਜਾਬ ਦੇ ਵਿੱਚ। ਸਾਡੀ PCR ਮਿਲ ਗਿਆ, ਜੁੱਤੀ ਚੌਂਕ ਖੜੀ ਸੀ, ਉੱਥੇ ਇੱਕ ਚੌਕੀਦਾਰ ਨੇ PCR ਨੂੰ ਦੱਸਿਆ ਕਿ ਇੱਕ ਬੱਚਾ ਟੇਬਲ 'ਤੇ ਪਿਆ ਹੋਇਆ। ਮੈਂ ਮੌਕੇ 'ਤੇ ਗਿਆ, ਮੌਕੇ ਨੂੰ ਬੱਚੇ ਨੂੰ ਉਠਾ ਕੇ ਸ਼ੁਰੂ ਕਰ ਲਿਆ। ਵੈਸੇ ਮੈਂ ਪਤਾ ਕਰਿਆ ਇਹਦਾ, ਇਹਨੂੰ ਡਿਸਚਾਰਜ ਵੀ ਇੱਥੋਂ ਸਿਵਲ ਹਸਪਤਾਲ 'ਚੋਂ ਕੀਤਾ ਜੀ, ਇਕੱਲੇ 23/9/18 ਨੂੰ। ਪਤਾ ਲੱਗਿਆ ਕਿ ਬੇਬੀ ਇਲੀਅਸ ਪੂਜਾ ਬਾਈ ਗੋਫਰੋਵਲ ਬਚੀਰਾ ਦੀ ਹੈ, ਬਾਕੀ ਕਲੀਅਰ ਐਡਰੈਸ ਨਹੀਂ ਹੈਗਾ ਜੀ ਇਹਨਾਂ ਦਾ। ਸਰਕਾਰ ਪਾਸੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਕਾਰਨ ਆਏ ਦਿਨ ਵੱਖ ਵੱਖ ਥਾਵਾਂ 'ਤੇ ਵਰਕਰਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ। ਇਸ ਤਹਿਤ ਅੱਜ ਬਰਨਾਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਤਨਖਾਹਾਂ 'ਚ ਮਾਮੂਲੀ ਵਾਧੇ ਕੀਤੇ ਗਏ ਨੇ, ਉਹ ਨਾ ਕਾਫੀ ਨੇ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 19 ਨਵੰਬਰ ਨੂੰ ਵੱਡੇ ਪੱਧਰ 'ਤੇ ਦਿੱਲੀ 'ਚ ਰੈਲੀ ਕੀਤੀ ਜਾਵੇਗੀ। ਇਹ ਜਿਹੜਾ 1500 ਰੁਪਇਆ ਮੋਦੀ ਨੇ ਦਿੱਤਾ ਸਾਨੂੰ, ਉਹ ਖੁਸ਼ ਨਹੀਂ ਹਾਂ ਅਸੀਂ, ਉੱਥੇ ਸੰਤੁਸ਼ਟ ਨਹੀਂ ਹਾਂ। 1000 ਰੁਪਇਆ ਵੀ ਮਹੀਨਾ ਜੇ ਵਧਾਉਂਦਾ, 7 ਸਾਲਾਂ 'ਚ 7000 ਰੁਪਇਆ ਸਾਨੂੰ ਚਾਹੀਦਾ ਸੀ। 1500 ਦੇ ਕੇ ਇਹਨੇ ਸਾਨੂੰ ਪਾਸੇ ਕੀਤਾ, ਅਸੀਂ ਇਸ 'ਤੇ ਬਿਲਕੁਲ ਸੰਤੁਸ਼ਟ ਨਹੀਂ ਹਾਂ। ਕੁੜੀਆਂ ਸਾਡੀਆਂ ਬਹੁਤ ਪੜ੍ਹੀਆਂ ਲਿਖੀਆਂ ਨੇ, BED ਵੀ ਕੀਤੀ ਹੋਈ ਕੁੜੀਆਂ ਨੇ, ਜਿਨ੍ਹਾਂ ਟੈਟ ਕਲੀਅਰ ਨਹੀਂ ਹੋਇਆ ਉਹ ਵੀ ਇੱਥੇ ਬੈਠੀਆਂ ਨੇ। ਅੱਜ ਅਸੀਂ ਨਰਸਰੀ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ, ਪਰ ਸਾਨੂੰ ਦੇਖ ਹੀ ਰਹੀ ਹੈ ਸਰਕਾਰ ਕੁਛ ਵੀ ਨਹੀਂ। ਹੁਣ ਪਹਿਲਾਂ ਸਾਨੂੰ 5500 ਰੁਪਇਆ ਮਿਲਦਾ ਸੀ, ਹੁਣ ਉਹਨਾਂ ਨੇ 1500 ਸਾਨੂੰ ਹੋਰ ਵਧਾਤਾ। ਸਾਨੂੰ ਕੋਈ ਬਿਲਡਿੰਗ ਨਹੀਂ ਮਿਲ ਰਹੀ ਸਰ, ਅਸੀਂ ਥਾਈਆਂ ਦੇ ਵਿੱਚ ਸਕੂਲਾਂ ਵਿੱਚ ਧੱਕੇ ਖਾਂਦੇ ਤੁਰੀਆਂ ਫਿਰਦੀਆਂ। ਆਂਗਣਵਾੜੀ ਵਰਕਰਾਂ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਅੱਜ ਦੀ ਘੜੀ, ਕੋਈ ਬੱਚੇ ਸਾਡੇ ਵਾਪਸ ਨਹੀਂ ਕੀਤੇ ਗਏ। ਅਸੀਂ ਇੰਨਾ ਸੰਘਰਸ਼ ਕੀਤਾ, ਸਾਰੇ ਬੱਚੇ ਸਕੂਲਾਂ 'ਚ ਲਈ ਬੈਠੇ ਆ, 2 ਵਾਰੀ ਨੋਟੀਫਿਕੇਸ਼ਨ ਜਾਰੀ ਹੋ ਗਿਆ, ਪਰ ਉਹਦਾ ਕੋਈ ਇਹਨਾਂ 'ਤੇ ਅਸਰ ਨਹੀਂ ਹੋ ਰਿਹਾ ਸਰਕਾਰ 'ਤੇ। 18 ਨਵੰਬਰ ਨੂੰ ਅਸੀਂ ਦਿੱਲੀ ਜਾਣਾ, 19 ਨਵੰਬਰ ਨੂੰ ਸਾਡੀ ਰੈਲੀ ਹੈ ਦਿੱਲੀ, ਅਸੀਂ ਉੱਥੇ ਸਾਰੀਆਂ ਆਲ ਇੰਡੀਆ ਲੈਵਲ 'ਤੇ ਇਕੱਠੀਆਂ ਹੋਣੀਆਂ ਕੁੜੀਆਂ ਨੇ। ਦੇਖਦੇ ਹਾਂ ਫਿਰ ਮੋਦੀ ਕੀ ਸਾਨੂੰ ਜਵਾਬ ਦੇ ਰਿਹਾ। ਪ੍ਰਮੋਸ਼ਨਾਂ ਜਿਹੜੀਆਂ ਰੋਕੀਆਂ ਨੇ ਇਹਨਾਂ ਨੇ, ਹੈਲਪਰ ਅਤੇ ਵਰਕਰ ਦੀਆਂ, ਹੈਲਪਰਾਂ ਦੀਆਂ ਪ੍ਰਮੋਸ਼ਨਾਂ ਕਰਨੀਆਂ ਸੀ, ਉਹ ਇਹਨਾਂ ਨੇ ਵਰਕਰਾਂ ਦੀ ਪ੍ਰਮੋਸ਼ਨ ਕਰਨੀ ਸੀ। ਅਤੇ 2013-14 ਤੋਂ ਚੱਲ ਰਿਹਾ ਜੀ ਸਰ ਬਦਲੀ ਵਾਸਤੇ, ਬਦਲੀ ਦੀਆਂ ਵੀ ਇਹਨਾਂ ਨੇ ਕੁਛ ਨਹੀਂ ਕੀਤਾ, ਵੀ ਬਦਲੀ ਨਹੀਂ ਕੀਤੀ ਗਈ। ਇਹਨਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਬਦਲੀ ਕਰਤੀ, ਕੁੜੀ ਦੀ ਮਨਦੀਪ ਦੀ, ਉਹ ਚੱਕ ਕੇ ਲੋਕਲ 'ਚੋਂ ਲੋਕਲ ਦੀ ਤਾਂ ਬਦਲੀ ਕਰਤੀ, ਅਤੇ ਬਾਹਰੋਂ ਕਿਸੇ ਬੰਦੇ ਦੀ ਬਦਲੀ ਨਹੀਂ ਕੀਤੀ ਇਹਨਾਂ ਨੇ। ਇਹਨਾਂ ਨੇ ਉਹ ਪ੍ਰਮੋਸ਼ਨਾਂ ਵੀ ਰੋਕੀਆਂ ਵੀ ਆ, ਉਹਨਾਂ ਦੀ ਬਦਲੀ ਨਹੀਂ ਕਰ ਰਹੇ, ਫਿਰ ਹੈਲਪਰਾਂ ਦੀ ਪ੍ਰਮੋਸ਼ਨ ਨਹੀਂ ਕਰ ਰਹੇ, ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਪ੍ਰਮੋਸ਼ਨ ਨਹੀਂ ਕਰ ਰਹੇ। ਜੀ ਸਰ, ਕਰ ਰਹੇ ਹਾਂ ਵੀ ਪਹਿਲਾਂ ਜਿਹੜੀਆਂ ਸਾਡੀਆਂ ਬਦਲੀਆਂ 2014 ਤੋਂ ਸਾਡੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਨੇ, ਉਹ ਸਾਡੀਆਂ ਇਹ ਪਹਿਲਾਂ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ 'ਤੇ ਚੱਕਣ, ਕਿਉਂਕਿ ਪਹਿਲਾਂ ਬਹੁਤ ਪਹਿਲਾਂ ਤੋਂ ਇਹ ਰੂਲ ਬਣਿਆ ਸੀਗਾ ਵੀ ਹੈਲਪਰਾਂ ਦੀ ਪ੍ਰਮੋਸ਼ਨ ਕਰਨੀ ਹੈ, ਇਹ ਹੁਣ ਬਣਿਆ ਗਾ, ਪਹਿਲਾਂ ਬਦਲੀਆਂ ਦੀ ਸੀਗੀ ਪਹਿਲ।